आप देख रहे हैं अर्थ प्रकाश। आइए नजर डालते हैं आज की कुछ खास खबर। मेरा नाम नवदीप कौशिक है जी। ਮੈਂ ਅੱਜ ਰੋਲ ਜਿਹੜਾ ਕੀਤਾ ਮਹਾਰਾਜਾ ਦਸ਼ਰਥ ਦਾ ਕੀਤਾ ਹੈ, ਜਿਹੜੇ ਰਾਮ ਜੀ ਦੇ ਪਿਤਾ ਜੀ ਹਾਂ, ਉਹਨਾਂ ਦਾ ਰੋਲ ਮੈਂ ਅਦਾ ਕੀਤਾ। ਮੈਂ ਸੰਨ 1995 ਤੋਂ ਉਸ ਕਲੱਬ ਨਾਲ ਜੁੜਿਆ ਹੋਇਆ ਜੀ। ਮੈਂ ਇਹਦੇ 'ਚ ਬਹੁਤ ਸਾਰੇ ਰੋਲ ਕੀਤੇ ਹੈ ਜੀ। ਸੀਤਾ ਦੀ ਸਖੀਆ ਦਾ ਰੋਲ ਵੀ ਕੀਤਾ, ਦੁਆਰਪਾਲ ਦਾ ਵੀ ਕੀਤਾ, ਕੌਸ਼ਲਿਆ ਮਾਤਾ ਦਾ ਵੀ ਕੀਤਾ ਮੈਂ ਰੋਲ। ਮੈਂ ਲਕਸ਼ਮਣ ਦਾ ਰੋਲ ਜੀ 11 ਸਾਲ ਤੋਂ ਕੀਤਾ ਹੈ, ਪਰ ਇਸ ਸਾਲ ਮੈਂ ਚੇਂਜ ਕੀਤਾ। ਮੈਂ ਕਿਹਾ ਚਲੋ ਜਿਹੜੀ ਨਵੀਂ ਸਾਡੇ ਬੱਚੇ ਹੈ ਜੋ ਸਾਡੇ ਤੋਂ ਸਿੱਖਦੇ ਆ ਰਹੇ ਹੈ, ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਅਤੇ ਉਹ ਅੱਗੇ ਆਉਣੇ ਚਾਹੀਦੇ ਆ। ਇਸ ਕਰਕੇ ਹਾਂਜੀ ਮਹਾਰਾਜਾ ਦਸ਼ਰਥ ਦਾ ਜਿਹੜਾ ਚਰਿੱਤਰ ਹੈ ਉਹ ਬਹੁਤ ਹੀ ਅੱਛਾ ਅਤੇ ਅਨੁਸ਼ਾਸਨ ਵਾਲਾ ਚਰਿੱਤਰ ਹੈ। ਉਹ ਸਾਡੇ ਜਿਹੜੀ ਲੋਕ ਆ ਉਹਨਾਂ ਨੂੰ ਇੱਕ ਉਹਨਾਂ ਦੇ ਥਰੂ ਮੈਸੇਜ ਦਿੰਦੇ ਹੈ ਕਿ ਰਘੂਕੁਲ ਰੀਤ ਸਦਾ ਚਲੀ ਆਈ, ਪ੍ਰਾਣ ਜਾਏ ਪਰ ਵਚਨ ਨਾ ਜਾਈ। ਇਸ ਦਾ ਮਤਲਬ ਇਹ ਹੈ ਕਿ ਜੋ ਰਘੂ ਵੰਸ਼ ਕੇ ਸੂਰਿਆ ਵੰਸ਼ ਕੇ ਤਾਜ ਹੈ, ਉਹਨਾਂ ਨੇ ਜੋ ਇੱਕ ਵਾਰ ਕੋਲ ਕਰ ਦੀਏ, ਜੋ ਇੱਕ ਵਾਰ ਉਹਨਾਂ ਨੇ ਕਮਿਟਮੈਂਟ ਕਰ ਦੀ, ਤੋ ਉਨਕੇ ਉਹ ਪੂਰਾ ਕਰਤੇ ਹੀ ਕਰਤੇ ਥੇ। ਬਿਲਕੁਲ, ਮੈਂ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੂੰਗਾ ਜੀ ਵੀ ਜਦੋਂ ਮੈਂ 1995 'ਚ ਆਇਆ ਸੀਗਾ ਉਦੋਂ ਮੈਂ ਤੁਸੀਂ ਲਾ ਲਓ 15-16 ਸਾਲ ਦਾ ਸੀਗਾ ਜੀ, ਤਾਂ ਉਦੋਂ ਦਾ ਮੈਨੂੰ ਜੋ ਕੁਛ ਮਿਲਿਆ ਅੱਜ ਦੀ ਡੇਟ 'ਚ ਜੋ ਵੀ ਮੇਰੇ ਕੋਲ ਹੈ ਭਗਵਾਨ ਦੀ ਦਇਆ ਤੋਂ। ਐਕਚੁਲੀ ਮੈਂ IDFC ਬੈਂਕ 'ਚ ਮੈਨੇਜਰ ਹਾਂ ਜੀ, ਅਤੇ ਸਭ ਕੁਝ ਠੀਕ ਚੱਲ ਰਿਹਾ ਅਤੇ ਮੈਂ ਇਹੀ ਸਮਝਦਾ ਕਿ ਜੋ ਕੁਛ ਵੀ ਹੈ ਜੀ ਰਾਮ ਜੀ ਦੀ ਕਿਰਪਾ ਨਾਲ ਮੈਨੂੰ ਮਿਲਿਆ ਜੀ। ਅਤੇ ਮੈਂ ਆਉਣ ਵਾਲੇ ਬੱਚਿਆਂ ਨੂੰ ਵੀ ਇਹੀ ਸਮਝਾਉਂਦਾ ਕਿ ਅਨੁਸ਼ਾਸਨ 'ਚ ਰਹੋ ਜੀ, ਡਿਸਿਪਲਿਨ ਬਣਾ ਕੇ ਰੱਖੋ, ਪਿਆਰ ਬਣਾ ਕੇ ਰੱਖੋ, ਪ੍ਰੇਮ ਭਾਵਨਾ ਬਣਾ ਕੇ ਰੱਖੋ, ਕਲੱਬ ਨੂੰ ਹੋਰ ਉੱਪਰ ਲੈ ਕੇ ਆਓ, ਤਾਂ ਕਿ ਜਿਵੇਂ ਰਾਮ ਜੀ ਸਾਡੇ ਜਿਹੜੇ ਅਸੀਂ ਰੋਲ ਅਭਿਨੇ ਕਰ ਰਹੇ, ਜੋ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਕਰਿਆ ਹੈ, ਅਸੀਂ ਵੀ ਉਹ ਵੀ ਸਾਡੇ ਨਾਲ ਉਹੀ ਕਰਨ ਲੱਗੇ। ਦੇਖੋ ਦੀ ਆਜ਼ਾਦ ਡਰਾਮੇਟਿਕ ਕਲੱਬ ਜਿਹੜਾ ਸਾਡਾ ਇਹ ਕਲੱਬ ਹੈ ਦੀ ਆਜ਼ਾਦ ਡਰਾਮੇਟਿਕ ਕਲੱਬ, ਇਹ ਸਾਨੂੰ 1907 ਤੋਂ ਰਾਮਲੀਲਾ ਚੱਲ ਰਹੀ ਹੈ ਜੀ, ਠੀਕ ਹੈ ਜੀ। 1952 ਤੋਂ ਬਾਅਦ ਇਹਦਾ ਇਹ ਨਾਮ ਪਿਆ, ਪਹਿਲਾਂ ਇਹਦਾ ਨਾਮ ਸੀਗਾ ਗਣੇਸ਼ ਪ੍ਰਚਾਰ ਮੰਡਲ। ਅਤੇ ਹਰ ਸਾਲ ਸਾਡੇ ਨਾਲ ਨਵੇਂ ਬੰਦੇ ਜੁੜਦੇ ਆ ਜੀ, ਛੋਟੇ ਬੱਚੇ ਆਉਂਦੇ, ਅਸੀਂ ਉਹਨਾਂ ਨੂੰ ਬਹੁਤ ਪਿਆਰ ਸਨੇਹ ਨਾਲ ਰੱਖਦੇ ਹਾਂ, ਉਹਨਾਂ ਨੂੰ ਸਮਝਾਉਂਦੇ ਹਾਂ ਕਿ ਤੁਸੀਂ ਇਹ ਕਰਨਾ ਹੈ, ਇਹਨਾਂ ਦੇ ਜੋ ਅਸੀਂ ਲੀਲਾ ਕਰ ਰਹੇ ਹਾਂ ਇਹਨਾਂ ਦੇ ਰਸਤੇ 'ਚ ਚੱਲਣਾ ਹੈ। ਈਵਨ ਆਪਣੇ ਘਰਦਿਆਂ ਨੂੰ ਵੀ ਤੁਸੀਂ। ਅਨਿਲ ਕੁਮਾਰ ਮਰਜਾਰਾ, ਮੇਰਾ ਜਿਹੜਾ ਅੱਜ ਦਾ ਰੋਲ ਹੈ, ਮੈਨੇ ਅੱਜ ਦਾ ਰੋਲ ਕਰਿਆ ਮੰਥਰਾ ਦਾ, ਜਿਸ ਮੰਥਰਾ ਕੈਕੇਈ ਨੂੰ ਦੱਸਦੀ ਹੈ ਕਿ ਤੇਰੇ ਪੁੱਤਰ ਨੂੰ ਰਾਜਗੱਦੀ ਨਹੀਂ ਮਿਲ ਰਹੀ, ਰਾਜਗੱਦੀ ਰਾਮ ਨੂੰ ਦੀ ਜਾ ਰਹੀ ਹੈ, ਤਾਂ ਮੈਂ ਇਸ ਰੋਲ ਪਲੇਅ ਕਰਦਾ ਕਿ ਤੂੰ ਆਪਣੇ ਪੁੱਤਰ ਨੂੰ ਰਾਜ ਦਿਲਾ ਔਰ ਭਰਤ ਨੂੰ ਬਨਵਾਸ ਦਿਲਾ। ਮੈਂ ਇਹ ਰੋਲ 22 ਸਾਲ ਤੋਂ ਅਦਾ ਕਰ ਰਿਹਾ ਮੰਥਰਾ ਦਾ, ਔਰ ਮੈਂ ਸੀਤਾ ਦੀ ਮਾਂ ਵੀ ਬਣਦਾ ਏ, ਔਰ ਸਖੀਆਂ ਦਾ ਰੋਲ ਵੀ ਪਲੇਅ ਕੀਤਾ ਏ, ਔਰ ਮੇਰਾ ਸ਼ਬਰੀ ਮਾਤਾ ਦਾ ਵੀ ਰੋਲ ਹੈ ਇਸੀ ਕਲੱਬ 'ਚ। ਮੈਨੂੰ ਇਸ ਕਲੱਬ ਜੁੜੇ ਨੂੰ 25 ਸਾਲ ਹੋ ਗਏ, ਔਰ ਸ਼ੁਰੂ ਤੋਂ ਮੈਨੂੰ ਇਹ ਰੋਲ ਹੀ ਹੈ, ਮੇਰਾ ਇਹ ਰੋਲ ਹੈ ਪਰਮਾਨੈਂਟ। ਇਸ ਕੇ ਬਾਅਦ ਮੇਰਾ ਮਾਤਾ ਸ਼ਬਰੀ ਦਾ ਰੋਲ ਪਏ, ਉਸਦੇ ਵੀ ਬਹੁਤ ਲੋਕ ਦੇਖਣ ਆਉਂਦੇ ਨੇ ਦੂਰੋਂ ਦੂਰੋਂ, ਬਹੁਤ ਅੱਛਾ ਰੋਲ ਕਰਦੇ ਹੈ। ਸਭ ਰਾਮ ਜੀ ਕਿਰਪਾ ਹੈ, ਜਿਹੜਾ ਜਿਹੜਾ ਰੋਲ ਸਾਨੂੰ ਦਿੰਦੇ ਹੈ ਅਸੀਂ ਨਿਭਾਈ ਜਾਂਦੇ ਹਾਂ, ਜਿਹੜਾ ਵੀ ਰੋਲ ਦਿੰਦੇ ਹੈ। ਮੇਰਾ ਛੋਟਾ ਬ੍ਰਦਰ ਹੈ, ਉਹ ਕਈ ਵਾਰ ਰੋਲ ਕਰਦਾ ਹੈ,
ਹਾਂਜੀ, ਉਸਦਾ ਨਾਮ ਹੈ ਸੁਭਾਸ਼ ਮਰਜਾਰਾ ਔਰ ਮੇਰਾ ਇੱਕ ਚਾਚੇ ਦਾ ਲੜਕਾ ਹੈ ਉਹ ਪਰਤ ਬਣਦਾ ਹੈ, ਉਸਦਾ ਨਾਮ ਹੈ ਗੌਰਵ ਮਰਜਾਰਾ। ਅਸੀਂ ਮਾਰਾ ਮਰਜਾਰਾ ਫੈਮਿਲੀ ਤੋਂ ਬਿਲੋਂਗ ਕਰਦੇ ਹਾਂ, ਅਸੀਂ 3-4 ਭਰਾ ਹੈ ਔਰ ਰਾਮ ਜੀ ਦੇ ਨਾਲ ਹੀ ਜੁੜੇ ਹੋਏ ਹਾਂ। ਹਾਂਜੀ, ਇੱਕੇ ਹੈ ਮੈਂ ਬੁਲਾ, ਅਗਰ ਤੁਸੀਂ ਕਹਿੰਦੇ ਬੁਲਾਉਣ ਦਾ ਸੁਭਾਸ਼ ਮਰਜਾਰਾ ਕਕਈ ਕਾ ਪਾਠ ਕਰਿਆ ਜੀ। ਕਕਈ ਕਾ ਪਾਠ ਭਗਵਾਨ ਰਾਮ ਜੀ ਨੂੰ, ਜੋ ਭਗਵਾਨ ਰਾਮ ਜੀ ਤੇ ਉਹ ਕਕਈ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੇ ਤੇ, ਉਹ ਕਕਈ ਵੀ ਸਭ ਤੋਂ ਜ਼ਿਆਦਾ ਪਿਆਰ ਰਾਮ ਜੀ ਨੂੰ ਕਰਦੀ ਸੀ। ਇਹ ਇੱਕ ਸਿਰੰਜਨ ਰਾਜਾ ਦਾ ਜਿਸਕੇ ਅੰਦਰ ਭਗਵਾਨ ਨੂੰ ਰਾਮ ਬਨਵਾਸ ਦਿਲਾਉਣਾ ਤਾ, ਜਿਸਕੇ ਕਾਰਨ ਦੁਸ਼ਟੋ ਕਾ ਵਿਨਾਸ਼ ਹੋਣਾ ਤਾ, ਉਸਕੇ ਕਾਰਨ ਕਕਈ ਨੂੰ ਇਹ ਪਾਠ ਕਰਨਾ ਪਿਆ ਸੀ। ਮੈਂ 25 ਸਾਲ ਹੋ ਗਏ ਇਸ ਪਾਠ ਨੂੰ ਕਰਦੇ, ਨਹੀਂ ਕੋਈ ਪਾਠ ਨਹੀਂ ਕਰਦਾ ਜੀ। ਮੰਦੋਦਰੀ ਕਾ ਪਾਠ ਕੀਤਾ ਸੀ ਪਿਛਲੇ ਸਾਲ ਮੈਨੇ। ਲਾਸਟ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਜੀ, ਸਾਰੇ ਆਪਣੇ ਪਰਿਵਾਰ ਨੂੰ ਲੈ ਕੇ ਇਸ ਰਾਮ ਜੀ ਦੇ ਦਰਸ਼ਨ ਕਰਨ ਵਾਸਤੇ ਆਓ। ਇਹ ਰਾਮ ਜੀ ਕੀ ਨਾਟਕ ਨਹੀਂ, ਰਾਮ ਜੀ ਕਾ ਮੰਦਿਰ ਹੈ। ਯਹਾਂ ਪੇ ਆ ਕੇ ਮੱਥਾ ਟੇਕੋ ਔਰ ਆਪਣੇ ਬੱਚਿਆਂ ਕੋ ਸ਼ਿਕਸ਼ਾ ਦਿਓ ਕਿ ਪ੍ਰਭੂ ਰਾਮ ਜੀ ਕਿਆ ਥੇ ਔਰ ਭਰਤ ਜੀ ਕਿਆ ਥੇ। ਉਨਕੇ ਦੋਨੋਂ ਭਾਈਓ ਕਾ ਪਿਆਰ ਦਿਖਾਓ, ਲਕਸ਼ਮਣ ਜੀ ਕਾ ਪਿਆਰ ਦਿਖਾਓ। ਅਸੀਂ ਹਾਂਜੀ 3 ਭਾਈ, ਕੱਲ੍ਹ ਨੂੰ 4 ਭਾਈ ਇਸੀ ਪਾਠ ਦੁਆਰਾ ਫਿਰ ਆਵਾਂਗੇ। 4 ਭਾਈ ਨਹੀਂ ਨਹੀਂ ਅਸੀਂ ਦੋਨੋਂ ਭਾਈ 25 ਸਾਲ ਤੋਂ ਪਾਠ ਕਰ ਰਹੇ ਜੀ। ਜਿਹੜੇ 2 ਹੈ ਉਹ ਕੱਲ੍ਹ ਤੋਂ ਜੁੜੇਗੇ, ਮਤਲਬ ਕਿ ਇਸ ਸਾਲ ਜੁੜੇ ਹੈਗੇ ਆ। ताज़ा अपडेट्स और बड़ी खबरों के लिए सब्सक्राइब करें आज प्रकाश टीवी और बेल आइकन दबाना ना भूलें।